ਅੱਜ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਖਾਸ ਤੌਰ ਤੇ ਕਿਹਨਾਂ ਗੱਲਾਂ ਨੂੰ ਵਿਚਾਰਿਆ ਗਿਆ? ਦੇਖੋ, ਸਾਰੇ ਦੇਸ਼ ਦੀਆਂ ਸਕੀਮਾਂ ਜਿਹੜੀਆਂ ਬਣੀਆਂ ਨੇ ਉਹ ਸਾਰਿਆਂ ਵਾਸਤੇ ਹੈ। ਉਹਦੇ 'ਚ ਕਿਤੇ ਨਹੀਂ ਲਿਖਿਆ ਗਿਆ ਕਿ ਇਹ ਮੈਜੋਰਿਟੀ ਲਈ ਹੈ, ਮਾਈਨੋਰਿਟੀ ਲਈ ਨਹੀਂ ਹੈਗੀ। ਵੱਡੀ ਪਾਰਟੀ ਦੇ ਕਾਫੀ ਵਾਰ ਹੋ ਰਹੇ ਨੇ, ਖਾਸ ਤੌਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੱਲ੍ਹ ਪ੍ਰੈਸ ਕਾਨਫਰੰਸਾਂ 3 ਕੀਤੀਆਂ ਵਿਧਾਇਕਾਂ ਦੇ ਵੱਲੋਂ ਕਿ ਸਾਨੂੰ ਖਰੀਦਣ ਦੇ ਲਈ ਬੀਜੇਪੀ ਪੱਬਾਂ ਭਾਰ ਹੋਈ ਖੜੀ ਆ। ਉਹ ਕਿੰਨੇ ਇਮਾਨਦਾਰ ਹੈ, ਅੱਧੀ ਜਿਹੜੀ ਉਹਨਾਂ ਦੀ ਮਨਿਸਟਰੀ ਹੈ ਉਹ ਦਿੱਲੀ ਜੇਲ੍ਹ 'ਚ ਹੈ, ਤੇ ਇਹਦਾ ਚੋਰ ਮਚਾਏ ਸ਼ੋਰ ਵਾਲੀ ਗੱਲ ਹੈ ਤੇ ਜਿਹੜਾ ਚੋਰੀ ਕਰੇਗਾ ਉਹ ਫੜਿਆ ਜਾਏਗਾ। ਤਾਂ ਬੀਜੇਪੀ ਕੋਰ ਕਮੇਟੀ ਦੀ ਬੈਠਕ ਹੋਈ ਹੈ ਔਰ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇਲੈਕਸ਼ਨਾਂ ਦਾ ਦੌਰ ਹੈ ਔਰ ਪਾਰਟੀਆਂ ਸਾਰੀਆਂ ਜਿਹੜੀਆਂ ਨੇ ਉਹ ਇਸ ਵੇਲੇ ਪੱਬਾਂ ਭਾਰ ਨੇ ਕਿ ਕਿਸ ਤਰੀਕੇ ਪੂਰੇ ਦੇਸ਼ ਦੇ ਵਿੱਚ ਪਰਫਾਰਮ ਕੀਤਾ ਜਾਣਾ। ਤਾਂ ਸਾਡੇ ਨਾਲ ਇਕਬਾਲ ਸਿੰਘ ਲਾਲਪੁਰਾ ਸਾਹਿਬ ਨੇ, ਕੋਰ ਕਮੇਟੀ ਦੇ ਮੈਂਬਰ ਵੀ ਹੈ ਔਰ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਵੀ ਨੇ, ਪੰਜਾਬ ਤੋਂ ਬਿਲੋਂਗ ਕਰਦੇ। ਲਾਲਪੁਰਾ ਸਾਹਿਬ, ਅੱਜ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਖਾਸ ਤੌਰ ਤੇ ਕਿਹਨਾਂ ਗੱਲਾਂ ਨੂੰ ਵਿਚਾਰਿਆ ਗਿਆ, ਕਿ ਇਹਨਾਂ ਤਿਆਰੀਆਂ ਨੂੰ ਲੈ ਕੇ ਸੀ, ਕਿਸ ਤਰ੍ਹਾਂ ਦੇ ਦੇਸ਼ ਦੇ ਵਿੱਚ ਪਰਫਾਰਮ ਕੀਤਾ ਜਾਣਾ ਉਹਨੂੰ ਲੈ ਕੇ ਪੰਜਾਬ ਦੇ ਵਿੱਚ? ਪੰਜਾਬ ਦੇ ਲੋਕ ਸਭਾ ਇਲੈਕਸ਼ਨ ਜਿਹੜੇ ਆ ਉਹ ਦੇਸ਼ ਦੇ ਨਾਲ ਹੀ ਹੋ ਰਹੇ ਆ ਤੇ 13 ਦੀਆਂ 13 ਸੀਟਾਂ ਜਿੱਤੇ ਆ, ਇਹਦੇ ਲਈ ਅਸੀਂ ਚਰਚਾ ਕੀਤੀ। ਸਰ, ਖਾਸ ਤੌਰ ਤੇ ਕਿਉਂਕਿ ਤੁਸੀਂ ਚੇਅਰਮੈਨ ਹੋ ਮਾਈਨੋਰਿਟੀ ਕਮਿਸ਼ਨ ਦੇ, ਉਸ ਨੂੰ ਲੈ ਕੇ ਖਾਸ ਤੌਰ ਤੇ ਕੀ ਸੋਚ ਰਹੇ ਹੋ? ਕਿਉਂਕਿ ਪੰਜਾਬ ਦੇ ਵਿੱਚ ਮੈਜੋਰਿਟੀ ਦੇ ਨਾਲ ਨਾਲ ਮਾਈਨੋਰਿਟੀ ਬਹੁਤ ਸਾਰੇ, ਜਿਵੇਂ ਹਿੰਦੂ ਪੰਜਾਬ ਦੇ ਵਿੱਚ ਮਾਈਨੋਰਿਟੀ ਬਹੁਤ ਸਾਰੀਆਂ, ਉਹਨਾਂ ਦੇ ਲਈ ਕੁਝ ਖਾਸ ਤੌਰ ਤੇ ਕੁਝ? ਦੇਖੋ, ਸਾਰੇ ਦੇਸ਼ ਦੀਆਂ ਸਕੀਮਾਂ ਜਿਹੜੀਆਂ ਬਣੀਆਂ ਨੇ ਉਹ ਸਾਰਿਆਂ ਵਾਸਤੇ ਹੈ। ਉਹਦੇ 'ਚ ਕਿਤੇ ਨਹੀਂ ਲਿਖਿਆ ਗਿਆ ਕਿ ਇਹ ਮੈਜੋਰਿਟੀ ਲਈ ਹੈ, ਮਾਈਨੋਰਿਟੀ ਲਈ ਨਹੀਂ ਹੈਗੀ, ਬਲਕਿ ਮਾਈਨੋਰਿਟੀਜ਼ ਲਈ ਉਹਦੇ 'ਚ ਖਾਸ ਸਹੂਲਤਾਂ ਹੈਗੀਆਂ। ਤੋ ਇਸ ਤਰ੍ਹਾਂ ਦਾ ਜਿਹੜੀ ਆ, ਅਸੀਂ ਦੇਸ਼ ਦੇ ਮੁਕੰਮਲ ਵਿਕਾਸ, ਆਪਸੀ ਭਾਈਚਾਰਾ ਮਜ਼ਬੂਤ ਕਰਨ ਵਾਸਤੇ, ਲੋਕਾਂ ਦੇ ਵਿੱਚੋਂ ਡਰ ਦੂਰ ਕਰਨ ਵਾਸਤੇ, ਸੈਂਸ ਆਫ ਇਨਇਕੁਐਲਿਟੀ ਦੂਰ ਕਰਨ ਵਾਸਤੇ ਜਾਂ ਡਿਸਕ੍ਰਿਮੀਨੇਸ਼ਨ ਦੂਰ ਕਰਨ ਲਈ ਕੰਮ ਕਰਦੇ ਹਾਂ। ਸੋ ਦੇਸ਼ ਇੱਕ ਭਾਰਤ ਮਜ਼ਬੂਤ ਦੇਸ਼ ਹੈ, ਜਿੰਨੀਆਂ ਮਾਈਨੋਰਿਟੀਜ਼ ਨੇ ਦੇਸ਼ ਦੀ ਸੁਰੱਖਿਆ ਵਾਸਤੇ, ਦੇਸ਼ ਦੀ ਆਜ਼ਾਦੀ ਵਾਸਤੇ ਜੋ ਕੁਰਬਾਨੀ ਦਿੱਤੀ ਹੈ, ਉਹ ਜਿਹੜੀ ਹੈ ਉਹ ਸਾਰਾ ਸਮਾਜ, ਸਾਰਾ ਭਾਰਤ ਉਹਨੂੰ ਮਾਨਤਾ ਦਿੰਦਾ ਹੈ। ਤੁਹਾਡੀ ਪਾਰਟੀ ਦੇ ਕਾਫੀ ਵਾਰ ਹੋ ਰਹੇ ਨੇ, ਖਾਸ ਤੌਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੱਲ੍ਹ ਪ੍ਰੈਸ ਕਾਨਫਰੰਸਾਂ 3 ਕੀਤੀਆਂ ਵਿਧਾਇਕਾਂ ਦੇ ਵੱਲੋਂ ਕਿ ਸਾਨੂੰ ਖਰੀਦਣ ਦੇ ਲਈ ਬੀਜੇਪੀ ਪੱਬਾਂ ਭਾਰ ਹੋਈ ਖੜੀ ਆ, ਸਾਨੂੰ ਕਰੋੜਾਂ ਰੁਪਏ ਦੇ ਆਫਰ ਆਏ ਨੇ, ਔਰ ਇਸੇ ਤਰ੍ਹਾਂ ਦੇ ਨਾਲ ਦਿੱਲੀ ਤੋਂ ਵੀ ਪ੍ਰੈਸ ਕਾਨਫਰੰਸ ਹੋਈ ਹੈ ਕਿ ਸਾਡੀਆਂ ਦੋਨੇ ਸਰਕਾਰਾਂ ਪੰਜਾਬ ਦੇ ਵਿੱਚ ਔਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤੋੜਨ ਦੇ ਲਈ ਬੀਜੇਪੀ ਜਿਹੜੀ ਆ ਹਰ ਕੋਸ਼ਿਸ਼ ਕਰ ਰਹੀ ਹੈ। ਗੱਲ ਇਹ ਹੈ ਉਹ ਕਿੰਨੇ ਇਮਾਨਦਾਰ ਹੈ, ਅੱਧੀ ਜਿਹੜੀ ਉਹਨਾਂ ਦੀ ਮਨਿਸਟਰੀ ਹੈ ਉਹ ਦਿੱਲੀ ਜੇਲ੍ਹ 'ਚ ਹੈ। ਗੱਲ ਇਹ ਹੈ ਕਿ ਜੁਡੀਸ਼ਰੀ ਨੇ ਫੈਸਲਾ ਲਿਆ, ਜੁਡੀਸ਼ਰੀ ਦੇ ਕੋਲ ਕਾਗਜ਼ ਗਏ ਆ, ਉਹਨਾਂ 'ਤੇ ਅਸੀਂ ਉਹ ਨਹੀਂ ਕਰਦੇ, ਕੋਈ ਟਿੱਪਣੀ ਕਰਨੀ ਬਣਦੀ ਨਹੀਂ, ਅਤੇ ਇਹਦਾ ਚੋਰ ਮਚਾਏ ਸ਼ੋਰ ਵਾਲੀ ਗੱਲ ਹੈ ਅਤੇ ਜਿਹੜਾ ਚੋਰੀ ਕਰੇਗਾ ਉਹ ਫੜਿਆ ਜਾਏਗਾ। ਮੌਜੂਦਾ ਵਿਧਾਇਕ ਔਰ ਮੌਜੂਦਾ ਮੈਂਬਰ ਪਾਰਲੀਮੈਂਟ ਰਿੰਕੂ ਔਰ ਅੰਗੁਰਾਲ ਹੋਰਾਂ ਬਾਰੇ ਉਹ ਸਿੱਧੇ ਤੌਰ 'ਤੇ ਕਹਿੰਦੇ ਆ ਕਿ ਇਹ ਇੱਕ ਵੱਡਾ ਆਪਰੇਸ਼ਨ ਚੱਲ ਰਿਹਾ, ਜਿਹਨੂੰ ਉਸਨੇ ਉਹਨਾਂ ਨੇ ਪਹਿਲਾਂ ਵੀ ਆਪਰੇਸ਼ਨ ਲੋਟਸ ਦਾ ਨਾਮ ਦਿੱਤਾ ਸੀ, ਕਹਿੰਦੇ ਇਸ ਦੇ ਰਾਹੀਂ ਪੰਜਾਬ ਦੇ ਵਿੱਚ ਸਰਕਾਰ ਤੋੜੀ ਜਾਏ। ਭਾਰਤੀ ਜਨਤਾ ਪਾਰਟੀ ਇਮਾਨਦਾਰੀ, ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਇਹ ਸਵਾਲ ਤੁਸੀਂ ਰਿੰਕੂ ਜੀ ਨੂੰ ਅਤੇ ਅੰਗਰਾਲ ਜੀ ਨੂੰ ਕਰੋ, ਉਹ ਇਹਦਾ ਸਹੀ ਜਵਾਬ ਦੇਣਗੇ। ਧੰਨਵਾਦ। ਤਾਂ ਇਹ ਸਨ ਇਕਬਾਲ ਸਿੰਘ ਲਾਲਪੁਰਾ, ਸਿੱਧੇ ਤੌਰ 'ਤੇ ਕਹਿੰਦੇ ਆ ਕਿ
ਬੀਜੇਪੀ ਜਿਹੜੀ ਹੈ ਇਹ ਲੋਕਾਂ ਦੀ ਪਾਰਟੀ ਹੈ, ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ, ਜੋ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਉਹਨਾਂ ਸਿਰੇ ਤੋਂ ਨਿਕਾਲਿਆ।